हाँ जी दोस्तों सत श्री अकाल जी। दोस्तों तुहानू अज गुरु रामदास जी की नगरी श्री अमृतसर साहब लैके आए हैं। इत्थे कांटी जी आ, इह कार दे उत्ते ही घट पैसों दे विच बहुत वधिया फास्ट फूड सेल करदे आ। हाँ जी आंटी सत श्री अकाल जी, की हाल चाल जी? हाँ जी आंटी जी, कहिंदे तुहाडा फास्ट फूड बहुत वधिया आ। हाँ जी, की हुंदा इत्थे तुहाडे कोल? नूडल्स दी प्लेट जेडी तुसी किस तरह दिने? अच्छा, गाहक ना कोई मुड़े? हाँ। 10 रुपए दी भी दे दिने? हाँ जी ठीक है। नूडल्स तो अलावा और की बर्गर भी हुंदा? बर्गर, वड़ा पाओ। बर्गर किस तरह? 20 रुपए दा बर्गर। 20 रुपए दा? हाँ जी ठीक है। ते सानू की खवाओगे आंटी जी? आज तुसी जे खवाओगे खिला देंदे, बोलो। सानू वड़ा पाओ खिलाओ आज। ठीक है। हाँ जी आंटी दा स्पेशल वड़ा पाओ। वड़ा पाओ तो दोस्तों जिवें तुहानू पता महाराष्ट्र दी डिश आ। आंटी जी दे हाथ दा अज टेस्ट करांगे, किवें दा लगदा सानू टेस्ट? हाँ जी दोस्तों, ये साडा वड़ा पाओ आंटी जी कर लगे ने रेडी, इहदी तैयारी कर रहे ने। वड़ा पाओ नूं कढ़ाई दे विच तलन लई आंटी, इहदा प्राइस की रहिंदा वड़ा पाओ दा? 20 रुपए इक दा। 20 रुपए रेट तो बहुत जेन्युइन रखे तुसी। ठीक है। हाँ जी अजकल लोकी पैसे नहीं खर्चदा कोई, तो बंदा की करेगा। हाँ जी आप हरी मिर्च नू फ्राई कर दी है, ए नाल दिता नाल दिने स्पेशल? कहते वड़े पाओ दी पहचान ही यही होंदी है, हरी मिर्च तल के। जेड़ा हरी मिर्च नाल देगा तो वो समझ लो पहचान होना दी है। हाँ जी ठीक है। ਇੱਥੇ ਤੁਸੀਂ ਕਿੰਨੇ ਤੋਂ ਕਿੰਨੇ ਆਉਂਦੇ ਆ? ਮੈਂ ਦੁਪਹਿਰ ਕੋ 3 ਵਜੇ ਆਉਂਦੀ ਹਾਂ। 3 ਤੋਂ ਲੈ ਕੇ ਕਿੰਨੇ ਵਜੇ ਤੱਕ? ਸ਼ਾਮੀ ਜਦ ਤੱਕ ਉਹ ਰੇੜੀ ਖੁੱਲੀ ਆ ਉਹ ਤੱਕ ਤੱਕ। ਅੱਛਾ ਅੱਛਾ। 10 ਵਜੇ ਬਜਾਂਦੇ, 10:30 ਵਜੇ ਬਜਾਂਦੇ। ਛੁੱਟੀ ਕੋਈ? ਕੋਈ। ਹਾਂਜੀ 12 ਜਦ ਇੱਥੇ ਬਾਹਰ ਗਏ ਤਾਂ ਫਿਰ ਹੀ ਛੁੱਟੀ, ਨਹੀਂ ਤਾਂ ਫਿਰ ਇਸ ਤਰ੍ਹਾਂ। ਹਾਂਜੀ ਹਾਂਜੀ ਦੋਸਤੋ, ਇਹ ਹੋ ਰਿਹਾ ਸਾਡਾ ਵੜਾ ਪਾਓ ਰੈਡੀ। ਆਂਟੀ ਜੀ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ। ਇੰਨਾ ਕੁ ਸਪਰਿੰਗ ਰੋਲ ਹੁੰਦੇ ਆ, ਨਿਊਡਲਸ ਹੁੰਦੇ ਆ, ਚਾਂਪ ਹੁੰਦੀ ਆ, ਬਰਗਰ ਹੁੰਦਾ ਆ, ਵੜਾ ਪਾਓ ਹੁੰਦਾ ਆ। ਤੇ ਆਂਟੀ ਜੀ ਨੇ ਆਫ ਦਾ ਕੈਮਰਾ ਦੱਸਿਆ ਵੀ ਇਹ ਹਾਰਟ ਦੇ ਪੇਸ਼ੈਂਟ ਵੀ ਆ। ਹਾਰਟ ਦੇ ਪੇਸ਼ੈਂਟ ਹੋਣ ਦੇ ਬਾਵਜੂਦ ਵੀ ਇੰਨੀ ਮਿਹਨਤ ਕਰ ਰਹੇ ਨੇ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕੀਤੀ ਜਾਏ ਤਾਂ ਜੋ ਆਪਣੇ ਘਰ ਦਾ ਗੁਜ਼ਾਰਾ ਵਧੀਆ ਢੰਗ ਨਾਲ ਕਰ ਸਕਣ। ਹਾਂਜੀ ਦੋਸਤੋ, ਇਹ ਸਾਡਾ ਹੋ ਗਿਆ ਵੜਾ ਪਾਓ ਰੈਡੀ। ਇਹਦੇ ਨਾਲ ਤੁਸੀਂ ਪਾਓ ਦਿੰਨੇ ਆ? ਹਾਂਜੀ ਇਹ ਸਪੈਸ਼ਲ ਪਾਓ ਬਣਾਈ ਤੇ ਆਰਡਰ ਦੇ ਕੇ। ਓਕੇ, ਕਹਿੰਦੇ ਵੜੇ ਪਾਓ ਦੇ ਜਿਹੜੇ ਪਾਓ ਹੁੰਦੇ ਮਿੱਠੇ ਨਹੀਂ ਹੁੰਦੇ? ਇਹ ਨਹੀਂ ਮਿੱਠੇ ਹੁੰਦੇ। ਹਾਂਜੀ ਜੋ ਆਰਡਰ ਦੇ ਕੇ ਬਣਾਓ ਉਹਨੇ ਮਿੱਠੇ ਹੁੰਦੇ। ਕਹਿੰਦੇ ਪਾਓ ਭਾਜੀ ਦੀ ਤੇ ਵੜੇ ਪਾਓ ਦੀ ਪਹਿਚਾਣ ਹੀ ਇਹੋ, ਮਿੱਠੇ ਨਹੀਂ ਹੁੰਦੇ। ਮਿੱਠੇ ਨਹੀਂ ਹੁੰਦੇ। ਆਮ ਜਿੱਦਾਂ ਅੰਮ੍ਰਿਤਸਰ ਦੇ ਵਿੱਚ ਲੋਕ ਬਣਾਉਂਦੇ ਉਹ ਮਿੱਠੇ ਪਾਓ ਹੁੰਦੇ। ਅਸੀਂ ਆਰਡਰ ਦੇ ਕੇ ਬਣਾਉਂਦੇ, ਇਹ ਨਹੀਂ ਮਿੱਠੇ ਹੁੰਦੇ। ਓਕੇ, ਇਹ ਬੇਕਰੀ ਤੋਂ? ਹਾਂ ਇਹ ਬੇਕਰੀ ਤੋਂ। ਹਾਂਜੀ ਚਲੋ ਆਂਟੀ ਟੇਸਟ ਕਰਦੇ ਆ। ਅਗਰ ਕਿਸੇ ਨੇ ਖਾਣਾ ਹੋਵੇ ਖਾਣ ਲਈ ਕਿੱਥੇ ਆਉਣਾ ਪਊਗਾ? ਹਾਂਜੀ ਬਾਗ ਵਾਲੇ ਗਲੀ ਦੇ ਨਾਲ। ਓਕੇ ਠੀਕ ਹੈ, ਧੰਨਵਾਦ ਜੀ ਤੁਸੀਂ ਟਾਈਮ ਦਿੱਤਾ।